ਵੈਸੇ ਤਾਂ ਪੰਜਾਬ ਦਾ ਲੋਕ ਨਾਚ ਭੰਗੜਾ ਹਰ ਕੋਈ ਪਸੰਦ ਕਰਦਾ ਹੈ, ਪਰ ਢੋਲ ਦੇ ਡਗੇ ਤੇ ਭੰਗੜੇ ਦੇ ਵੱਖ ਵੱਖ ਸਟੈਪ ਭੰਗੜੇ ਬਾਰੇ ਜਾਣਕਾਰੀ ਨਾ ਰੱਖਣ ਵਾਲੇ ਦਰਸ਼ਕਾਂ ਨੂੰ ਵੀ ਹੈਰਾਨ ਕਰ ਦਿੰਦੇ ਨੇ। ਪੰਜਾਬ ਦੇ ਲਗਭਗ ਹਰ ਸ਼ਹਿਰ, ਕਸਬੇ, ਪਿੰਡ ਦੇ ਵਿੱਚ ਭੰਗੜਾ ਟੀਮਾਂ ਹੁੰਦੀਆਂ ਨੇ, ਜੋ ਆਲੇ ਦੁਆਲੇ ਦੇ ਖੇਤਰਾਂ ਵਿੱਚ ਸੱਭਿਆਚਾਰਕ ਮੇਲਿਆਂ ਅਤੇ ਪ੍ਰੋਗਰਾਮਾਂ ਵਿੱਚ ਆਪਣੀਆਂ ਪੇਸ਼ਕਾਰੀਆਂ ਦੇ ਨਾਲ ਰੰਗ ਬੰਨ੍ਹਦੀਆਂ ਨੇ। ਪਰ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਧਾਲੀਵਾਲ ਦੇ ਵਿੱਚ ਸ਼ੇਰੇ ਪੰਜਾਬ ਕਲਚਰਲ ਭੰਗੜਾ ਟੀਮ ਦੀ ਖਾਸੀਅਤ ਇਹ ਹੈ ਕਿ ਟੀਮ ਵਿੱਚ ਸਾਰੇ ਹੀ ਮੈਂਬਰ ਨੌਕਰੀ ਪੇਸ਼ਾ ਅਤੇ ਪੜ੍ਹੇ ਲਿਖੇ ਅੰਮ੍ਰਿਤਧਾਰੀ ਗੁਰਸਿੱਖ ਹਨ। ਇਸ ਤੋਂ ਵੀ ਵੱਡੀ ਖਾਸੀਅਤ ਹੈ ਕਿ ਸਾਰੇ ਦੇ ਸਾਰੇ ਗੁਰਸਿੱਖ ਭੰਗੜਾ ਕਲਾਕਾਰ 55 ਤੋਂ ਵੀ ਵੱਧ ਉਮਰ ਦੇ ਨੇ। ਇਹ ਟੀਮ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਬਣਾ ਚੁੱਕੀ ਹੈ ਅਤੇ ਸੂਫੀਆਨਾ ਗੀਤਾਂ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਦੇ ਕੇ ਭੰਗੜੇ ਨੂੰ ਇੱਕ ਵੱਖਰਾ ਰੂਪ ਦੇ ਰਹੀ ਹੈ। ਜਦੋਂ ਇਹ ਟੀਮ ਕਿਸੇ ਮੈਦਾਨੀ ਮੇਲੇ ਵਿੱਚ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਤਾਂ ਵੇਖਣ ਵਾਲੇ ਬਜ਼ੁਰਗਾਂ ਅਤੇ ਵੱਡੀ ਉਮਰ ਦੇ ਵਿਅਕਤੀਆਂ ਦੇ ਮਨਾਂ ਵਿੱਚ ਇੰਨਾ ਚਾਅ ਚੜ੍ਹ ਜਾਂਦਾ ਹੈ ਕਿ ਉਹਨਾਂ ਨੂੰ ਵੇਖ ਕੇ ਇਹਨਾਂ ਦੇ ਨਾਲ ਭੰਗੜਾ ਪਾਉਣ ਦਾ ਉਹਨਾਂ ਦਾ ਵੀ ਮਨ ਕਰਨ ਲੱਗ ਪੈਂਦਾ ਹੈ। ਗੁਰਦਾਸਪੁਰ ਤੋਂ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਆਰਟੀਵੀ ਅਤੇ ਪੰਜਾਬ ਹਰਿਆਣਾ ਲਾਈਵ। ਇਹ ਜ਼ਰੂਰ ਜੀ, ਆਪਾਂ ਸਰਕਾਰ ਤੋਂ ਪਹਿਲਾਂ ਵੀ ਮੰਗ ਕਰ ਚੁੱਕੇ ਹਾਂ ਕਿ ਜਿਵੇਂ ਸਪੋਰਟਸ ਨੂੰ ਦੀ ਇਹਦੇ ਸਰਟੀਫਿਕੇਟਾਂ ਦੀ ਕੋਈ ਗ੍ਰੇਡਿੰਗ ਕੀਤੀ ਜਾਂਦੀ ਹੈ। ਸੋ ਇਹ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਅੰਗ ਹੈ, ਸਾਡਾ ਪੰਜਾਬ ਦਾ ਲੋਕ ਨਾਚ ਹੈ ਭੰਗੜਾ। ਇਹਦੀ ਵੀ ਮਤਲਬ ਕਿ ਜਿਹੜੀ ਆ ਡਿਪਾਰਟਮੈਂਟ ਵੱਲੋਂ ਜਿਹੜੀ ਆ ਇਹਦੀ ਗ੍ਰੇਡਿੰਗ ਹੋਣੀ ਚਾਹੀਦੀ ਹੈ ਸਰਟੀਫਿਕੇਟਾਂ ਦੀ, ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਕੰਪੀਟੀਸ਼ਨ ਕਰਵਾਏ ਜਾਂਦੇ ਨੇ ਅਤੇ ਇੰਟਰਵਰਸਿਟੀਆਂ ਕਰਵਾਈਆਂ ਜਾਂਦੀਆਂ ਨੇ, ਅਤੇ ਬੱਚਿਆਂ ਨੂੰ ਇਹਦਾ ਪੂਰਾ ਪੂਰਾ ਜਿਹੜਾ ਵਾ ਇਸ ਪਰਫਾਰਮੈਂਸ ਦਾ ਜਾਂ ਇਸ ਈਵੈਂਟ ਦਾ ਜਿਹੜਾ ਫਾਇਦਾ ਹੋਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਬਹੁਤ ਮਿਹਨਤ ਕੀਤੀ ਜਾਂਦੀ ਹੈ, ਖਰਚਾ ਵੀ ਆਉਂਦਾ। ਇਹ ਨਹੀਂ ਵੀ ਇਹਦੇ ਵਿੱਚ ਖਰਚਾ ਨਹੀਂ ਆਉਂਦਾ, ਖਰਚਾ ਵੀ ਆਉਂਦਾ ਕਿਉਂਕਿ ਸਾਡੀਆਂ ਯੂਨੀਫਾਰਮ ਦਾ ਖਰਚਾ ਆ ਰਿਹਾ ਵਾ, ਜੋ ਇੱਥੇ ਦੀ ਜਿਹੜੇ ਸਾਜ਼ ਨੇ ਢੋਲ ਆ ਉਹਨਾਂ ਦਾ ਖਰਚਾ ਆ ਰਿਹਾ ਵਾ, ਅਤੇ ਬੱਚਿਆਂ ਦਾ ਵੀ ਜਿਹੜਾ ਟਾਈਮ ਇਹਦੇ ਵਿੱਚ ਬੱਚੇ ਜਿਹੜੇ ਆਪਣਾ ਟਾਈਮ ਦਿੰਦੇ ਨੇ, ਅਤੇ ਉਹ ਸਰਕਾਰ ਨੂੰ ਇਹਦੇ ਵਿੱਚ ਪੂਰਾ ਪੂਰਾ ਜਿਹੜਾ ਵਾ ਇਹਨਾਂ ਬੱਚਿਆਂ ਨੂੰ ਫਾਇਦਾ ਹੋਣਾ ਚਾਹੀਦਾ, ਤਾਂ ਹੀ ਬੱਚੇ ਜਿਹੜੇ ਨੇ ਇਹ ਸੱਭਿਆਚਾਰ ਦੇ ਨਾਲ ਜੁੜਨਗੇ। ਬੱਚਿਆਂ ਨੂੰ ਸਰਟੀਫਿਕੇਟ ਦਾ ਹਰ ਡਿਪਾਰਟਮੈਂਟ ਦੇ ਵਿੱਚ ਇਹਦੀਆਂ ਪੋਸਟਾਂ ਹੋਣੀਆਂ ਚਾਹੀਦੀਆਂ ਨੇ, ਜਿੱਦਾਂ ਕਿ ਪੁਲਿਸ ਵਿੱਚ ਵੀ ਇਹਨਾਂ ਦੀ ਪਹਿਲਾਂ ਇਹਨਾਂ ਦਾ ਕੋਟਾ ਹੁੰਦਾ ਸੀਗਾ ਸੱਭਿਆਚਾਰ ਮਤਲਬ ਕਲਚਰ ਦਾ, ਉਹ ਕੋਟਾ ਵੀ ਇਹਨਾਂ ਹੌਲੀ ਹੌਲੀ ਜਿਹੜਾ ਵਾ ਸਨਮਾਨ, ਹਾਂਜੀ ਹਾਂਜੀ, ਇਹਨੂੰ ਮਤਲਬ ਪੂਰੀ ਪੂਰੀ ਜਿਹੜੀ ਮਾਨਤਾ ਮਿਲਣੀ ਚਾਹੀਦੀ। ਸ਼ੁਰੂਆਤ ਹੈ, ਮੇਰਾ ਨਾਮ ਗੁਰਨਾਮ ਸਿੰਘ ਔਰ ਮੈਂ ਲਗਭਗ 40 ਸਾਲ ਤੋਂ ਭੰਗੜੇ ਦੇ ਨਾਲ ਜੁੜਿਆ ਹੋਇਆ ਹਾਂ, ਔਰ ਡੈਜੀਗਨੇਸ਼ਨ ਤੌਰ 'ਤੇ ਮੈਂ ਸਕੂਲ ਪ੍ਰਿੰਸੀਪਲ ਹਾਂ। ਔਰ ਜਿਵੇਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਗਿਆ ਕਿ ਸਾਡੇ ਬਹੁਤ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਮੈਂਬਰ ਨੇ, ਪ੍ਰੋਫੈਸਰ, ਲੈਕਚਰਾਰ ਔਰ ਸਕੂਲ ਪ੍ਰਿੰਸੀਪਲ ਔਰ ਖਾਸ ਕਰਕੇ ਟੀਚਰ ਦੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਨੇ, ਔਰ ਮੈਂ ਭੰਗੜਾ ਜਿਹੜਾ ਸੀ ਅੱਜ ਤੋਂ 40 ਸਾਲ ਪਹਿਲਾਂ ਸਟਾਰਟ ਕਰਕੇ ਅੱਜ ਮੈਨੂੰ ਲਗਭਗ ਇੰਨਾ ਸਮਾਂ ਹੋ ਗਿਆ ਭੰਗੜੇ ਦੇ ਨਾਲ ਜੁੜਿਆ ਹੋਇਆ ਨੂੰ। ਔਰ ਜਦੋਂ ਅਸੀਂ ਭੰਗੜਾ ਪਾਉਂਦੇ ਹਾਂ ਤਾਂ ਸਾਡਾ ਇਹ ਸਾਡੀ ਰੂਹ ਦੀ ਖੁਰਾਕ ਹੈ, ਸੋ ਅਸੀਂ ਇਹ ਆਪਣੀ ਰੂਹ ਨੂੰ ਤਾਜ਼ਾ ਕਾਇਮ ਰੱਖਣ ਵਾਸਤੇ ਭੰਗੜੇ ਨਾਲ ਜੁੜੇ ਹੋਏ ਹਾਂ ਜੀ। ਕਿੱਥੋਂ ਪ੍ਰੇਰਣਾ ਮਿਲੀ, ਕਿੱਦਾਂ ਲੱਗਿਆ ਕਿ ਇਹ ਹੋਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਆਪਣੇ ਪੰਜਾਬ ਦੇ ਹੁਣ ਦੇ ਯੂਥ ਨੂੰ ਦੇਖਦੇ ਹਾਂ, ਔਰ ਸਾਨੂੰ ਇਸ ਗੱਲ ਕਰਕੇ ਜ਼ਿਆਦਾ ਇਹ ਪ੍ਰੇਰਿਤ ਕੀਤਾ ਕਿ ਸਾਨੂੰ ਭੰਗੜੇ ਦੇ ਨਾਲ ਜੋੜ ਕੇ ਬੱਚਿਆਂ ਨੂੰ, ਨਵੇਂ ਯੂਥ ਨੂੰ ਜੋੜ ਕੇ ਅਸੀਂ ਆਪਣੀ ਸਿਹਤਮੰਦ ਔਰ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਸੋ ਇਸ ਕਰਕੇ ਅਸੀਂ ਸਾਰੇ ਬੱਚਿਆਂ ਨੂੰ ਸੁਨੇਹਾ ਵੀ ਦਿੰਦੇ ਹਾਂ
ਕਿ ਤੁਸੀਂ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਵੱਡਾ ਯੋਗਦਾਨ ਪਾਓ ਜੀ। ਕਿੱਥੇ ਕਿੱਥੇ ਪਰਫੋਰਮ ਕੀਤਾ ਅਤੇ ਕੀ ਅਚੀਵਮੈਂਟ ਰਹੀ ਹੈ? ਸਕੂਲ ਪੱਧਰ ਤੋਂ ਸ਼ੁਰੂ ਕਰਕੇ ਸਕੂਲਾਂ ਦੀਆਂ ਟੀਮਾਂ ਬਣਾਉਣ ਤੋਂ ਲੈ ਕੇ ਕਾਲਜ, ਯੂਨੀਵਰਸਿਟੀਜ਼ ਔਰ 26 ਜਨਵਰੀ ਦਿੱਲੀ ਦੇ ਵਿੱਚ ਪਰਫੋਰਮ ਕਰਕੇ ਸਾਨੂੰ ਜਿਹੜਾ ਇਹ ਹੁਣ ਤੱਕ ਮੌਕਾ ਮਿਲਿਆ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ ਕੈਨੇਡਾ ਦੇ ਵਿੱਚ ਵੀ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਸੀਗਾ ਔਰ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਬਹੁਤ ਸਾਰੀਆਂ ਔਫਰਜ਼ ਨੇ ਬਾਹਰਲਿਆਂ ਕੰਟਰੀਜ਼ ਦੇ ਉੱਤੋਂ, ਜਿੱਥੇ ਪਾਕਿਸਤਾਨ ਦੇ ਵਿੱਚ ਵੀ ਸਾਡੇ ਸ਼ੇਰੇ ਪੰਜਾਬ ਪ੍ਰਮੋਸ਼ਨ ਕੌਂਸਲ ਜਿਹੜੀ ਆ ਉਹ ਪਰਫੋਰਮ ਕਰਕੇ ਆਈ ਆ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ 'ਤੇ। ਲੱਗਦਾ ਜਿੱਦਾਂ ਪਹਿਲਾਂ ਪੰਜਾਬ ਦਾ ਕਲਚਰ ਮਤਲਬ ਸੜਕਾਂ 'ਤੇ ਹਰ ਗਰਾਊਂਡਾਂ 'ਚ ਪ੍ਰੋਗਰਾਮ ਹੁੰਦੇ ਸੀ, ਕਲਚਰਲ ਪ੍ਰੋਗਰਾਮ ਹੁੰਦੇ ਸੀ, ਉਹ ਹੁਣ ਬੰਦ ਹੋ ਗਏ ਹੈ। ਲੱਗਦਾ ਕਿ ਭੰਗੜਾ ਉੱਥੇ ਦਾ ਉੱਥੇ ਹੀ ਹੈ? ਭੰਗੜਾ ਸਟੇਬਲ ਹੈ ਜੀ, ਭੰਗੜਾ ਉੱਥੇ ਹੀ ਆ ਔਰ ਭੰਗੜਾ ਉਸ ਤੋਂ ਵੀ ਅੱਗੇ ਜਾਏਗਾ ਕਿਉਂਕਿ ਭੰਗੜੇ ਦੇ ਨਾਲ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਭੰਗੜੇ ਦੇ ਕਰਕੇ ਸਾਡੀ ਰੂਹ ਜਿਹੜੀ ਹੈ ਉਹ ਤਾਜ਼ਾ ਰਵਾਂ ਹੋ ਜਾਂਦੀ ਹੈ ਅਤੇ ਸਾਨੂੰ ਚਾਅ ਚੜ ਜਾਂਦਾ ਔਰ ਸਾਡੇ ਵੱਲ ਵੇਖ ਕੇ ਅੱਜ ਇੱਥੇ ਵੀ ਪ੍ਰੋਗਰਾਮ 'ਚ ਇਹੀ ਦੇਖਣ ਨੂੰ ਮਿਲਿਆ ਕਿ ਸਾਡੇ ਤੋਂ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਸੀਗੇ ਉਹ ਵੀ ਉੱਠ ਕੇ ਆਪਣੀਆਂ ਸੀਟਾਂ 'ਤੇ ਖਲੋ ਕੇ ਭੰਗੜਾ ਪਾ ਰਹੇ ਸੀ। ਉਹ ਤਾਂ ਹੀ ਪਾ ਰਹੇ ਸੀ ਕਿਉਂਕਿ ਅਸੀਂ ਵੱਡੀ ਉਮਰ, ਕਿਉਂਕਿ ਅਸੀਂ ਸਾਰੇ ਹੁਣ ਸੀਨੀਅਰ ਹਾਂ ਔਰ ਸਾਡੇ ਵੱਲ ਦੇਖ ਕੇ ਉਹਨਾਂ ਨੂੰ ਚਾਅ ਚੜਿਆ। ਬਹੁਤ ਸਾਰਿਆਂ ਨੇ ਸਾਨੂੰ ਅੱਜ ਇਹ ਸ਼ਾਬਾਸ਼ ਵੀ ਦਿੱਤੀ ਔਰ ਸਾਨੂੰ ਉਹ ਸ਼ਾਬਾਸ਼ ਹੀ ਜਿਹੜੀ ਆ ਪ੍ਰੇਰਿਤ ਕਰਦੀ ਆ ਕਿ ਅਸੀਂ ਹੋਰ ਜ਼ਿਆਦਾ ਕੁਛ ਨਵਾਂ ਕਰੀਏ ਔਰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ, ਪੀੜ੍ਹੀ ਨੂੰ ਨਰੋਏ ਸਮਾਜ ਵਿੱਚ ਬਦਲਣ ਵਿੱਚ ਆਪਣਾ ਹਿੱਸਾ ਪਾ ਸਕੀਏ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨਵੀਂ ਪੀੜ੍ਹੀ ਨੂੰ? ਸਭ ਤੋਂ ਵੱਡਾ ਤਾਂ ਇਹੀ ਸੰਦੇਸ਼ ਹੈ ਜੀ, ਨਸ਼ਿਆਂ ਤੋਂ ਬਚੋ, ਗੁਰਬਾਣੀ ਦੇ ਲੜ ਲੱਗੋ। ਮੈਂ ਇੱਕ ਗੱਲ ਇੱਥੇ ਦੱਸਣੀ ਜ਼ਰੂਰ ਚਾਹਾਂਗਾ ਕਿ ਜਿੰਨੇ ਵੀ ਅਸੀਂ ਮੈਂਬਰਸ ਹਾਂ ਸਾਰੇ ਅੰਮ੍ਰਿਤਧਾਰੀ ਹਾਂ, ਸਾਰੇ ਅੰਮ੍ਰਿਤਧਾਰੀ ਹਾਂ ਔਰ ਗੁਰਬਾਣੀ ਵੀ ਸਾਨੂੰ ਪ੍ਰੇਰਿਤ ਕਰਦੀ। ਗੁਰਬਾਣੀ ਵਿੱਚ ਲਿਖਿਆ ਵੀ ਨੱਚਣ ਕੁੱਦਣ ਮਨ ਕਾ ਚਾਓ ਔਰ ਅਸੀਂ ਇਸ ਗੁਰਬਾਣੀ ਦੇ ਫਲਸਫੇ ਦੇ ਨਾਲ ਵੀ ਜੁੜੇ ਹੋਏ ਹਾਂ, ਸਾਰੇ ਅੰਮ੍ਰਿਤਧਾਰੀ ਹਾਂ, ਸਾਰੇ ਹੀ ਨਸ਼ਿਆਂ ਤੋਂ ਦੂਰ ਹਾਂ। ਕੋਈ ਵੀ ਸਾਡੇ ਵਿੱਚ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਇੱਕ ਚਾਹ ਨੂੰ ਛੱਡ ਕੇ ਔਰ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਇਹ ਦੱਸਣ 'ਚ ਸਾਨੂੰ ਫਖਰ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਦੀਆਂ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨੇ ਨੇ ਉਹਨਾਂ ਨੂੰ ਇੱਕ ਕੀਰਤੀਮਾਨ ਦੇ ਤੌਰ 'ਤੇ ਸਥਾਪਿਤ ਕਰਾਂਗੇ। ਅੰਡਰਸਟੈਂਡਿੰਗ ਤੋਂ ਲੱਗਦਾ ਕਿ ਤੁਸੀਂ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰ ਰਹੇ ਹੋ, ਅੱਗੇ ਕਦੋਂ ਤੱਕ ਵਿਚਾਰ ਹੈ ਕਿ ਚੱਲਦਾ ਰਹੇਗਾ? ਇਹ ਉਨਾ ਚਿਰ ਚੱਲੇਗਾ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਸਾਹ ਅਤੇ ਪ੍ਰਾਣ ਨੇ, ਉਹਨਾਂ ਚਿਰ ਵਾਹਿਗੁਰੂ ਧੰਨ ਗੁਰੂ ਰਾਮਦਾਸ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜਿੱਦਾਂ ਅਸੀਂ 40 ਸਾਲ ਤੋਂ ਜੁੜੇ ਹਾਂ, ਹੇ ਗੁਰੂ ਰਾਮਦਾਸ ਪਾਤਸ਼ਾਹ, ਧੰਨ ਧੰਨ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾ ਵਾਲੇ, ਉਹ ਸਾਡੇ ਸਿਰ 'ਤੇ ਹੱਥ ਰੱਖਣ ਔਰ ਇਸੇ ਤਰ੍ਹਾਂ ਹੀ ਅਸੀਂ ਇੱਕ ਦੂਜੇ ਦੇ ਨਾਲ ਸਾਡੇ ਜਿਹੜੇ ਰਿਸ਼ਤੇ ਨੇ ਉਹ ਹੋਰ ਗੂੜੇ ਹੋ ਜਾਣ। ਧੰਨਵਾਦ ਹੋਈ ਇੱਦਾਂ, ਕਿੱਦਾਂ ਮਤਲਬ ਮਨ 'ਚ ਆਇਆ ਕਿ ਇਹ ਗਰੁੱਪ ਬਣਾਉਣਾ? ਮੈਂ ਪ੍ਰੋਫੈਸਰ ਬਰਬੀਰ ਸਿੰਘ ਕੋਲਾ, ਅਸੀਂ 84 ਦੇ ਵਿੱਚ ਭੰਗੜਾ ਜਿਹੜਾ ਗੁਰੂ ਨਾਨਕ ਕਾਲਜ ਤੋਂ ਸਟਾਰਟ ਕੀਤਾ, ਉਹ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸਰ, ਉਹ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਫਿਰ ਆਣ ਕੇ ਗੁਰੂ ਨਾਨਕ ਕਾਲਜ ਮੈਂ ਪ੍ਰੋਫੈਸਰ ਜਿਹੜਾ ਪੰਜਾਬੀ ਦਾ ਲੱਗ ਗਿਆ। ਅਤੇ ਇੱਥੇ ਆਣ ਕੇ ਪਹਿਲਾਂ ਤੋਂ ਟੀਮ ਬਣਦੀ ਇਹ 82 ਤੋਂ, ਅਤੇ ਮੁੜ ਕੇ ਲਗਾਤਾਰ ਸਾਡੀ ਟੀਮ ਜਿਹੜੀ ਬਣਦੀ ਰਹੀ ਆ। ਇਹ ਜਿਹੜੇ ਮਤਲਬ ਭੰਗੜੇ ਦੇ ਸੀਨੀਅਰ ਮੇਰੇ ਨਾਲ ਖੜ੍ਹੇ ਨੇ, ਇਹ ਕੁਝ ਤਾਂ ਮੇਰੇ ਨਾਲ MA ਦੇ ਵਿੱਚ ਭੰਗੜਾ ਪਾਉਂਦੇ ਰਹੇ ਨੇ, ਅਤੇ ਕੁਝ ਫਿਰ ਮੈਂ ਇਹਨਾਂ ਨੂੰ ਆਣ ਕੇ ਗੁਰੂ ਨਾਨਕ ਕਾਲਜ ਜਦੋਂ ਮੈਂ ਸਰਵਿਸ ਸ਼ੁਰੂ ਕੀਤੀ ਆ ਅਤੇ ਇਹ ਟੀਮ ਬਣਾਈ ਆ, ਅਤੇ ਉਹ ਟੀਮ ਹੁਣ ਵੀ ਚੱਲਦੀ ਆ। ਅਤੇ ਇਹਦਾ ਨਾਂ ਹੁਣ ਜਿਹੜਾ ਵਾ ਸ਼ੇਰੇ ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਜਿਹੜਾ ਵਾ ਉਹ ਬਣ ਚੁੱਕਾ ਆ, ਅਤੇ ਵੱਡੀਆਂ ਜਿਹੜੀਆਂ ਪਰਫਾਰਮੈਂਸਾਂ ਵਾ ਉਹ ਕੀਤੀਆਂ ਨੇ, ਅੰਤਰਰਾਸ਼ਟਰੀ ਪੱਧਰ ਤੱਕ ਵੀ ਭੰਗੜੇ ਨੂੰ ਜਿਹੜਾ ਵਾ ਅਸੀਂ ਪਹੁੰਚਾਇਆ ਵਾ, ਅਤੇ ਸਾਨੂੰ ਭੰਗੜੇ ਨੇ ਬੜਾ ਮਾਣ ਦਿਵਾਇਆ। ਸਾਰੇ ਦੇ ਸਾਰੇ ਸ਼ੁਰੂ ਤੋਂ ਤੁਹਾਡੇ ਨਾਲ, ਇਹ ਜਿੰਨੇ ਵੀ ਭੰਗੜੇ ਆ ਵਾਲੇ ਸੀਨੀਅਰ ਜਿਹਨੇ ਇਹ ਮੇਰੇ ਨਾਲ ਹੀ ਨੇ ਪਹਿਲਾਂ ਤੋਂ, ਅਤੇ ਇਹਨਾਂ ਤੋਂ ਇਲਾਵਾ ਵੀ ਸਾਨੂੰ ਮਤਲਬ 39 ਸਾਲ ਅਤੇ ਕੁਝ ਮਹੀਨੇ ਹੋ ਗਏ ਨੇ, ਇਹ ਜੂਨ 'ਚ 40 ਸਾਲ ਸਾਡੇ ਪੂਰੇ ਹੋ ਜਾਂਦੇ ਨੇ,
40 ਸਾਲਾਂ 'ਚ ਅਸੀਂ ਕਦੇ ਵੀ ਜਿਹੜਾ ਵਾ ਉਹ ਭੰਗੜਾ ਰੁਕਣ ਨਹੀਂ ਗਾ ਦਿੱਤਾ। ਕੈਂਪ ਲਗਾਏ ਜਾਂਦੇ ਨੇ ਕਾਲਜਾਂ ਸਕੂਲਾਂ ਦੇ ਵਿੱਚ, ਜਿਹੜੀਆਂ ਨੇ ਉਹ ਟੀਮਾਂ ਬਣਾਈਆਂ ਜਾਂਦੀਆਂ ਨੇ। 26 ਜਨਵਰੀ ਅਤੇ 15 ਅਗਸਤ ਦੇ ਉੱਤੇ ਗੁਰਦਾਸਪੁਰ ਦੇ ਵਿੱਚ 100-100 ਜਿਹੜਾ ਵਾ ਉਹ ਬੱਚਿਆਂ ਦੀ ਜਿਹੜੀ ਟੀਮ ਭੰਗੜੇ ਦੀ ਉਹ ਪੇਸ਼ ਕੀਤੀ ਜਾਂਦੀ ਆ। ਹੁਣ ਵੀ ਕੁਝ ਦਿਨ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਕੋਟਲਾ ਸ਼ਾਹੀਆ ਵਿਖੇ ਕਵਲਜੀਤ ਖੇਡਾਂ ਹੁੰਦੀਆਂ ਨੇ। ਸਾਡੇ SSP SP ਸਾਹਿਬ ਸਰਦਾਰ ਪ੍ਰਿਥੀਪਾਲ ਸਿੰਘ ਜੀ ਜਿਹੜੇ ਪ੍ਰਧਾਨ ਨੇ ਉਹ ਖੇਡਾਂ ਕਰਵਾਉਂਦੇ ਨੇ। ਉੱਥੇ ਵੀ 100 ਬੱਚਾ ਜਿਹੜਾ ਵਾ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਕੋਚ ਜਿਹੜੇ ਨੇ ਇਹਨਾਂ ਨੇ ਉਹ 100 ਬੱਚੇ ਦੀ ਟੀਮ ਤਿਆਰ ਕੀਤੀ ਸੀ ਅਤੇ ਉੱਥੇ 100 ਬੱਚੇ ਨੇ ਪਰਫੋਰਮੈਂਸ ਕੀਤੀ ਸੀ। ਬੰਦੇ ਹੋ ਕੀ ਕਰ ਰਹੇ ਹੋ? ਇਹ ਜਿਹੜੇ ਸੀਨੀਅਰ ਜਿਹਨੇ ਇਹਨਾਂ ਵਿੱਚੋਂ ਕੁਝ ਕਾਲਜ ਪ੍ਰੋਫੈਸਰ ਨੇ, ਕੁਝ ਪ੍ਰਿੰਸੀਪਲ ਨੇ ਸਕੂਲਾਂ ਦੇ ਵਿੱਚ, ਕੁਝ ਲੈਕਚਰਾਰ ਨੇ ਅਤੇ ਕੁਝ ਮਾਸਟਰ ਦੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਨੇ। ਨਾਲ ਨਾਲ ਜਿਹੜਾ ਵਾ ਸਕੂਲਾਂ ਦੇ ਵਿੱਚ ਭੰਗੜੇ ਨੂੰ ਇਹਨਾਂ ਜਿਉਂਦਾ ਰੱਖਿਆ ਵਾ, ਟੀਮਾਂ ਬਣਾਈਆਂ ਨੇ। ਗੁਰਦਾਸਪੁਰ ਦੇ ਵਿੱਚ ਜਿੰਨੀ ਵੀ ਖੇਡ ਚੱਲਦੀ ਆ ਭੰਗੜੇ ਦੀ, ਇਹ ਮੇਰੇ ਨਾਲ ਜੋ ਸੀਨੀਅਰ ਕੋਚ ਨੇ ਇਹ ਚਲਾਉਂਦੇ ਨੇ। 84 ਤੋਂ ਸਫ਼ਰ ਚੱਲ ਰਿਹਾ, ਕੋਈ ਔਕੜਾਂ ਆਈਆਂ ਇਹਨੇ ਇਸ ਦੌਰਾਨ, ਮਤਲਬ ਏਜ ਦੀ ਜਾਂ ਹੋਰ ਕੋਈ ਕਿਸੇ ਤਰ੍ਹਾਂ? ਇੱਥੇ ਔਕੜਾਂ ਤੁਸੀਂ ਦੇਖਿਆ ਕਿ 84 ਤੋਂ ਹੀ ਜਿਹੜਾ ਮਾਹੌਲ ਥੋੜ੍ਹਾ ਪੰਜਾਬ ਦੇ ਵਿੱਚ ਇੱਕ ਨੰਬਰ ਵੀ ਜਿਹੜਾ ਸੀਗਾ ਉਹ ਖਰਾਬ ਹੋਇਆ ਸੀਗਾ। ਇੱਕ ਦੋ ਵਾਰ ਸਾਨੂੰ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਉਹ ਮੁਸ਼ਕਲਾਂ ਵੀ ਆਈਆਂ ਵਾ, ਕੁਛ ਲੋਕਾਂ ਨੇ ਆਖਿਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਪਰ ਬਹੁਤ ਸਾਰੀ ਜਿਹੜੇ ਲੋਕ ਸੀਗੇ ਵੱਡੀ ਗਿਣਤੀ ਦੇ ਵਿੱਚ ਉਹ ਕਹਿੰਦੇ ਇਹ ਪੰਜਾਬ ਦਾ ਲੋਕ ਨਾਚ ਆ, ਪੰਜਾਬ ਦਾ ਸੱਭਿਆਚਾਰ ਆ, ਇਹ ਰੋਕਿਆ ਨਹੀਂ ਜਾ ਸਕਦਾ, ਇਹ ਥੰਮਿਆ ਨਹੀਂ ਜਾ ਸਕਦਾ, ਇਹ ਥੰਮਿਆ ਵੀ ਨਹੀਂ ਗਿਆ, ਸਦਾ ਚੱਲਦਾ ਹੀ ਰਿਹਾ ਵਾ ਅਤੇ ਚੱਲਦਾ ਹੀ ਰਹੇਗਾ। ਏਜ ਕਾਫੀ ਹੋ ਗਈ ਹੈ ਅਤੇ ਇਸ ਏਜ ਵਾਲੀ ਕੋਈ ਔਕੜ ਆਈ ਹੋਏ? ਹੁਣ ਮੇਰੀ ਜਿਹੜੀ ਏਜ ਵਾ 58 ਦੇ ਨੇੜੇ ਪਹੁੰਚ ਚੁੱਕੀ ਆ, ਫਰਵਰੀ 17 ਨੂੰ ਮੈਂ 58 ਦਾ ਹੋ ਜਾਣਾ ਵਾਂ, ਪਰ ਅਜੇ ਸਿਹਤ ਜਿਹੜੀ ਉਹ ਪੂਰਾ ਸਾਥ ਦੇ ਰਹੀ ਆ। ਇਹ ਕਾਰਨ ਇਹੋ ਹੀ ਆ ਕਿ ਇਹ ਭੰਗੜੇ ਦੀ ਜਿਹੜੀ ਐਕਸਰਸਾਈਜ਼ ਵਾ ਇਹਨੇ ਸਾਡੇ ਜੋੜ ਗੋਡੇ ਮੋਢੇ ਜਿਹੜੇ ਨੇ ਉਹ ਕਾਇਮ ਰੱਖੇ ਨੇ ਅਤੇ ਅਜੇ ਬਹੁਤ ਵਧੀਆ ਚੱਲਣ ਡੇ ਨੇ, ਅਤੇ ਜਿੰਨਾ ਚਿਰ ਚੱਲਣਗੇ ਅਸੀਂ ਭੰਗੜੇ ਦੇ ਨਾਲ ਉਹ ਪਿੱਛੇ ਨਹੀਂ ਹਟਾਂਗੇ।